होशियारपुर के नाल लगते पिंड झगरा की एक वीडियो वायरल हो रही है जिस विच सड़क उत्ते बर्फ ही बर्फ दिखाई दे रही है। जिक्र योग है कि इस वायरल वीडियो संबंधी पड़ताल जब की गई तो पता लगा कि यह अज हो रही बारिश के दौरान होशियारपुर चंडीगढ़ रोड उत्ते स्थित पिंड झगरा के अड्डे की वायरल वीडियो है। जिक्र योग है कि इस संबंधी जानकारी दिंदिया जतिंदर कुमार ने दसिया कि अज हुई बारिश दौरान पिंड झगरा के अड्डे उत्ते काफी बर्फ पई है जिस नाल ठंड विच होर भी वाधा हो गया है। ਜਤਿੰਦਰ ਕੁਮਾਰ ਆ ਜਿਹੜੀ ਇੱਥੇ ਬਰਫ਼ ਪਈ ਕਿੰਨੇ ਕੁ ਬਰਫ਼ ਪਈ ਚੱਕਰਾਂ ਦੇ ਵਿੱਚ ਮਤਲਬ ਚਾਦਰ ਵਾਂਗੂ ਵਿਛ ਗਈ ਸੀ ਪੂਰੀ ਬਹੁਤ ਜ਼ਿਆਦਾ ਬਰਫ਼ ਕਿੱਦਾਂ ਲੱਗਦਾ ਕਿ ਪਹਿਲਾਂ ਕਦੀ ਇੱਦਾਂ ਬਰਫ਼ ਦੇਖਣ ਨੂੰ ਮਿਲੀ ਕਿ ਨਹੀਂ ਇੰਨੀ ਨਹੀਂ ਹੁੰਦੀ ਬਰਫ਼ ਤਾਂ ਪੈਂਦੀ ਆ ਆਲ ਓਵਰ ਤਾਂ ਪੈਂਦੀ ਰਹਿੰਦੀ ਆ ਪਰ ਇੱਦਾਂ ਨਹੀਂ ਹੁੰਦੀ ਵੀ ਇੱਕ ਵਾਰੀ ਜਿੱਦਾਂ ਚਾਦਰ ਹੀ ਬਣ ਜਾਵੇ ਪੂਰਾ ਜ਼ਮੀਨ ਤੇ ਪੂਰੀ ਬਣ ਗਈ ਪਰਤੇ ਵਿਛ ਗਈ ਕੋਈ ਇਹਦਾ ਫਾਇਦਾ ਹੈ ਨੁਕਸਾਨ ਨੁਕਸਾਨ ਹੀ ਨੁਕਸਾਨ ਆ ਫਾਇਦਾ ਇਹਦਾ ਕੀ ਹੋਣਾ ਕੀ ਨੁਕਸਾਨ ਫਸਲਾਂ ਨੂੰ ਨੁਕਸਾਨ ਆ ਕਰੋਨਾ ਕਾਲ ਵੀ ਚੱਲ ਰਿਹਾ ਉਹਦੇ ਨਾਲ ਵੀ ਕੋਈ ਫਰਕ ਕਰੋਨਾ ਕਾਲ ਦੇ ਵਿੱਚ ਬਹੁਤ ਇਫੈਕਟਿਵ ਹੈ ਉੱਤੋਂ ਔਲਾ ਵਰਤੀ ਹੈ ਤਾਂ ਜ਼ਿਆਦਾ ਮਾਰੀ ਹੈ ਫਿਰ ਤੋ ਜਿੱਦਾਂ ਦੋ ਤਿੰਨ ਦਿਨ ਤੋਂ ਬਾਰਿਸ਼ ਪੈ ਰਹੀ ਉਹਨਾਂ ਕਿੰਨਾ ਪ੍ਰਭਾਵ ਪੈਂਦਾ ਜਦ ਐਨ ਪੈਣਾ ਹੋਰ ਵੀ ਠੰਡ ਵੱਧ ਜਾਈ ਠੰਡ ਤਾਂ ਹੈਗੀ ਆ ਵੈਸੇ ਕਰੋਨਾ ਲਈ ਵੈਸੇ ਠੰਡ ਮਾਰੀ ਸੀ ਉੱਤੋਂ ਆ ਜਿਹੜੀ ਆ ਹੁਣ ਕਹਿੰਦੇ ਔਲੇ ਪਏ ਆ ਤੇ ਇਹਦੇ ਨਾਲ ਜ਼ਿਆਦਾ ਮਤਲਬ ਪੂਰਾ ਨੁਕਸਾਨ ਹੀ ਨੁਕਸਾਨ ਆ ਕੋਈ ਬੈਨੀਫਿਟ ਨਹੀਂ ਆ ਕਦੇ ਪਰਮਾਤਮਾ ਦਾ ਕੋਈ ਮੈਸੇਜ ਹੈ ਜੀ ਜ਼ਿੰਦਗੀ 'ਚ ਦੇਖੀ ਕਦੀ ਐਨੀ ਨਹੀਂ ਪਹਿਲਾਂ ਐਨੀ ਨਹੀਂ ਕਦੇ ਦੇਖੀ ਬਰਫ਼ ਤਾਂ ਪੈਂਦੀ ਹੁੰਦੀ ਆ ਪਹਾੜਾਂ 'ਚ ਪੈਂਦੀ ਹੁੰਦੀ ਆ ਇੱਦਾਂ ਤਾਂ ਪੈਂਦੀ ਹੁੰਦੀ ਆ आल है चूरी बन दिती है गर्म गर्म रोटी ते दाल ले बंते नु दुपहरे घर भेज देवी ते बेबे मेरी रोटी आ पई है मंजे ते ठीक है तंतो हाँ रब सदा सलामत रखे बादल नु सस्ता आटा ते दाल दवा के सानू गरीबां नु दो जून दी रोटी पक्की कर दिती आटा दाल स्कीम नाल असी असी भुखे नहीं सोए कदे ऐतकी वोट बादल नहीं पानी है गलती ना करी इस बार वोट पानी ओना नू जड़े समझन साडे दर्दां नू।